ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦਾ ਸਫ਼ਰ ਅਸੀਂ ਆਪ ਜੀ ਨਾਲ ਪਿਛਲੀਆਂ ਕੁਝ ਵੀਡੀਆਂ ਤੋਂ ਲਗਾਤਾਰ ਨਿਰੰਤਰ ਜਾਰੀ ਹੈ ਇਤਿਹਾਸ ਨੂੰ ਜੋੜਨ ਲਈ ਤੁਸੀਂ ਪਿਛਲੀਆਂ ਵੀਡੀਓ ਦੇਖ ਸਕਦੇ ਹੋ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਪਿਛਲੀ ਵੀਡੀਓ ਵਿੱਚ ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੁਆਰਾ ਲਾਹੌਰ ਜਿੱਤਣ ਦਾ ਜ਼ਿਕਰ ਕੀਤਾ ਸੀ ਉਸ ਤੋਂ ਅੱਗੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਲਾਹੌਰ ਤੇ ਕਬਜ਼ਾ ਕਰ ਲਿਆ ਅਤੇ ਸ਼ਾਹੀ ਤਖਤ ਉੱਪਰ ਬਿਰਾਜਮਾਨ ਹੋ ਗਏ ਹੁਣ ਜਦੋਂ ਇਹ ਖਬਰ ਹੋਰ ਸਰਦਾਰਾਂ ਨੇ ਸੁਣੀ ਕਿ ਮਹਾਰਾਜਾ ਰਣਜੀਤ ਸਿੰਘ ਲਾਹੌਰ ਤੇ ਕਬਜ਼ਾ ਕਰ ਲਿਆ ਤਾਂ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਲੜਕੇ ਜੋਧ ਸਿੰਘ ਤੇ ਗੁਲਾਬ ਸਿੰਘ ਭੰਗੀ ਨਾਲ ਸਲਾਹ ਕਰਕੇ ਲੜਾਈ ਦੇ ਠਾਣ ਲਈ ਵਜੀਰਾਬਾਦ ਤੋਂ ਜੋਧ ਸਿੰਘ ਕਸੂਰ ਤੋਂ ਨजामुद्दीन ਆਦਕ ਫੌਜਾਂ ਲੈ ਕੇ ਕਹਿੰਦੇ ਅੱਪੜ ਗਏ ਇਹਨਾਂ ਸਾਰੇ ਲੋਕਾਂ ਨੇ ਆਪਣੇ ਰਸਾਲੇ ਤੋਪਖਾਨੇ ਤੇ ਪੈਦਲ ਸੈਨਾ ਤਿਆਰ ਕਰਕੇ ਅੰਮ੍ਰਿਤਸਰ ਵੱਲੋਂ ਕੂਚ ਕਰ ਦਿੱਤੀ ਤੇ ਗੁਲਾਬ ਸਿੰਘ ਦੇ ਨਾਲ ਹੋ ਲਾਹੌਰ ਵੱਲ ਆ ਗਏ ਜਦੋਂ ਇੱਕ ਪ西ਮ ਪਿੰਡ ਪਾਸ ਜੋ ਲਾਹੌਰ ਤੋਂ ਚੜ੍ਹਦੇ ਪਾਸੇ 10 ਕੁ ਕੌਦ ਦੀ ਮਿੱਥ ਤੇ ਸੀ ਪੁੱਜੇ ਤਦੋਂ ਉਹ ਉਡੀਕ ਵਿੱਚ ਡੇਰਾ ਕਰ ਦਿੱਤਾ ਆਪਣੇ ਬਾਕੀ ਸਾਥੀਆਂ ਦੀ ਉਡੀਕ ਕਰਨ ਲੱਗੇ ਤੇ ਉਹਨਾਂ ਦੇ ਆਉਣ ਤੇ ਇੱਕੋ ਵਾਰ ਲਾਹੌਰ ਸ਼ਹਿਰ ਤੇ ਕਹਿੰਦੇ ਹੱਲਾ ਕੀਤਾ ਜਾਵੇ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਹਾਲਤ ਬੜੀ ਅਜੀਬ ਸੀ ਸ਼ਹਿਰ ਲਾਹੌਰ ਤੇ ਨਵਾਂ ਨਵਾਂ ਕਬਜ਼ਾ ਹੋਇਆ ਸੀ ਉਸ ਸਮੇਂ ਉੱਥੇ ਫੌਜ ਦਾ ਰੱਖਣਾ ਵੀ ਬੜਾ ਜ਼ਰੂਰੀ ਸੀ ਸਾਰੀ ਫੌਜ ਮਹਾਰਾਜਾ ਨਾਲ ਤਾਂ ਲੈ ਕੇ ਆਇਆ ਨਹੀਂ ਬਾਕੀ ਫੌਜ ਹਰਾਮਨਗਰ ਤੇ ਗੁਜਰਾਂਵਾਲੇ ਵਿੱਚ ਸੀ ਉਹਨਾਂ ਦਾ ਐਨੀ ਛੇਤੀ ਅਪਣਾ ਵੀ ਬਹੁਤ ਔਖਾ ਸੀ ਫਿਰ ਖਜ਼ਾਨਾ ਵੀ ਸਾਰਾ ਗੁਜਰਾਂਵਾਲੇ ਸੀ ਨਾਲ ਨਹੀਂ ਸੀ ਜਾਂਦਾ ਇਸ ਗੱਲ ਤੋਂ ਰਣਜੀਤ ਸਿੰਘ ਕੁਝ ਸੋਚਾਂ ਵਿੱਚ ਪੈ ਗਿਆ ਪਰ ਸਰਦਾਰ ਨਿਸਦਾ ਕੋਰਸ ਨੂੰ ਤਸੱਲੀ ਦੇਣ ਲੱਗੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪ ਤੈਨੂੰ ਬਾਦਸ਼ਾਹ ਬਖਸ਼ੀ ਹੈ ਕੋਈ ਫਿਕਰ ਨਾ ਕਰੋ ਆਪ ਤੁਹਾਡੀ ਮਦਦ ਕਰਨਗੇ ਐਨੇ ਨੂੰ ਕਹਿੰਦੇ ਇੱਕ ਬਜ਼ੁਰਗ ਵਿਹੀਰਾ ਕਤਤ ਆ ਗਿਆ ਉਹਨੇ ਆ ਕੇ ਕਿਹਾ ਜੇ ਮੈਨੂੰ ਕੁਝ ਮਿਲੇ ਤਦ ਮੈਂ ਇਸ ਕਿਲੇ ਵਿੱਚ ਦੱਬੇ ਹੋਏ ਖਜ਼ਾਨੇ ਦਾ ਤੁਹਾਨੂੰ ਪਤਾ ਦੱਸ ਦੇਵਾਂਗਾ ਇਹ ਗੱਲ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਨੇ ਵਾਹਿਗੁਰੂ ਦਾ ਸ਼ੁਕਰ ਕੀਤਾ ਉਸ ਬਜ਼ੁਰਗ ਨੂੰ ਸਹਿਤਾ ਦਾ ਭਰੋਸਾ ਦਿੱਤਾ ਬਜ਼ੁਰਗ ਦੇ ਪਤਾ ਦੇਣ ਤੇ ਜਦ ਮਹਾਰਾਜਾ ਰਣਜੀਤ ਸਿੰਘ ਤੈ ਖਾਨਿਆਂ ਵਿੱਚ ਗਿਆ ਤਦ ਲੱਖਾਂ ਰੁਪਏ ਦਾ ਖਜ਼ਾਨਾ ਹੱਥ ਆ ਗਿਆ ਕੁਝ ਤੋਪਾਂ ਵੀ ਮਿਲੀਆਂ ਮਹਾਰਾਜੇ ਨੇ ਖਜ਼ਾਨਾ ਮਿਲਦੇ ਹੀ ਪਹਿਲਾਂ ਉਸ ਬਜ਼ੁਰਗ ਨੂੰ ਖੁਸ਼ ਕੀਤਾ ਫਿਰ ਬਹੁਤ ਸਾਰਾ ਦਾਨ ਕੀਤਾ ਫਿਰ ਫੌਜ ਨੂੰ 2 ਮਹੀਨੇ ਦੀ ਤਨਖਾਹ ਪਹਿਲਾਂ ਹੀ ਦੇ ਕੇ ਤਿਆਰ ਬਰ ਤਿਆਰ ਹੋ ਪ西ਮ ਤੋਂ 1 ਕੋਸ ਦੇ ਫਾਸਿਲੇ ਤੇ ਡੇਰਾ ਕਰ ਦਿੱਤਾ ਤੋਪਾਂ ਤੱਤ ਤੇ ਰੱਖ ਦਿੱਤੀਆਂ 2 ਮਹੀਨੇ ਤੱਕ ਆਪਸ ਵਿੱਚ ਕਹਿੰਦੇ ਮੰਮੁਲੀ ਲੜਾਈ ਹੁੰਦੀ ਰਹੀ ਕੁਝ ਆਦਮੀ ਉਧਰ ਮਰੇ ਤੇ ਕੁਝ ਇਧਰ ਐਨੇ ਨੂੰ ਸਰਦਾਰ ਗੁਲਾਬ ਸਿੰਘ ਨੇ ਸਾਰੇ ਸਾਥੀਆਂ ਨੂੰ ਇਕੱਠਾ ਕਰਕੇ ਕਿਹਾ ਕਿ ਕੱਲ ਦੋ ਟੁਕ ਲੜਾਈ ਹੋ ਜਾਣੀ ਚਾਹੀਦੀ ਏਪੀ ਗੱਲ ਸਭ ਨੇ ਪਸੰਦ ਕੀਤੀ ਪਰ ਕਹਿੰਦੇ ਨੇ ਗੁਲਾਬ ਸਿੰਘ ਨੂੰ ਆਪਣੀ ਇਹ ਖੁਆਇਸ਼ ਪੂਰੀ ਕਰਨ ਦਾ ਸਮਾਂ ਨਾ ਮਿਲਿਆ ਰਾਤੀ ਅਜੇਹਾ ਸੁੱਤਾ ਕਿ ਸੁੱਤਾ ਹੀ ਦਮ ਨਿਕਲ ਗਿਆ ਫਿਰ ਉੱਠਿਆ ਹੀ ਨਾ ਜਦੋਂ ਲਸ਼ਕਰ ਵਿੱਚ ਇਹਦੇ ਮਰਨ ਦੀ ਖਬਰ ਪੁੱਜੀ ਤਾਂ ਸਾਰੀ ਫੌਜ ਕਹਿੰਦੇ ਹੱਕੀ ਬੱਕੀ ਰਹਿ ਗਈ ਕਿਸੇ ਦਾ ਵੀ ਪੈਰ ਅਗਾਹ ਨਾ ਵਧਿਆ ਰਾਮਗੜੀਏ ਸਰਦਾਰ ਤੇ ਕਸੂਰੀ ਪਠਾਨ ਵੀ ਮੈਦਾਨ ਛੱਡ ਕੇ ਪਿਛਾਂ ਨੂੰ ਤੁਰ ਪਏ ਬਾਕੀ ਬਹੁਤ ਸਾਰੇ ਰਣਜੀਤ ਸਿੰਘ ਨੂੰ ਆਕੇ ਮਿਲੇ ਤੇ ਉਹਨਾਂ ਨੂੰ ਖਬਰ ਦਿੱਤੀ ਕਿ ਤੇਰੇ ਵੈਰੀ ਨੂੰ ਤਾਂ ਵਾਹਿਗੁਰੂ ਨੇ ਆਪਣੇ ਆਪ ਹੀ ਸੰਭ ਲਿਆ ਤੇ ਕੁੱਲ ਫੌਜ ਨਸ ਗਈ ਮਹਾਰਾਜਾ ਰਣਜੀਤ ਸਿੰਘ ਇਸ ਖਬਰ ਤੋਂ ਕਹਿੰਦੇ ਬੜਾ ਖੁਸ਼ ਹੋਇਆ ਤੇ ਉਹਨਾਂ ਉਹਨਾਂ ਲੋਕਾਂ ਨੂੰ ਜੋ ਉਸ ਨੂੰ ਆ ਕੇ ਮਿਲੇ ਸੀ ਬੜੇ ਖੁੱਲੇ ਦਿਲ ਨਾਲ ਆਪਣੇ ਕੋਲ ਨੌਕਰ ਰੱਖ ਲਿਆ ਤੇ ਰਾਮਗੜੀਆਂ ਦਾ ਪਿੱਛਾ ਕੀਤਾ ਪਰ ਉਹ ਹੱਥ ਨਾ ਆਏ ਭੱਜ ਗਏ ਇਸ ਤੋਂ ਅੱਗੇ ਦਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਦਾ ਪ੍ਰਸੰਗ ਅਸੀਂ ਆਪ ਜੀ ਨਾਲ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ